ਪੁਰਾਣੀ ਰੰਜਿਸ਼ ਨੂੰ ਲੈ ਕੇ ਸ਼ਰੀਕਾਂ ਨੇ ਹੀ ਘਰ ਦੇ ਵਿੱਚ ਹਮਲਾ ਕੀਤਾ। ਕਿਹਾ ਜਾ ਰਿਹਾ ਕਿ 20 ਤੋਂ 25 ਬਦਮਾਸ਼ਾਂ ਨੂੰ ਨਾਲ ਲੈ ਕੇ ਸ਼ਰੀਕ ਹੀ ਆਪਸ ਦੇ ਵਿੱਚ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਨੇ, ਤਾਂ ਜਿੱਥੇ ਔਰਤਾਂ ਦੇ ਨਾਲ ਕੁੱਟਮਾਰ ਕੀਤੀ ਗਈ, ਨਾਲ ਹੀ ਬਜ਼ੁਰਗਾਂ ਦਾ ਵੀ ਕੋਈ ਲਿਹਾਜ਼ ਨਹੀਂ ਕੀਤਾ ਗਿਆ। ਬਜ਼ੁਰਗ ਦੇ ਉੱਪਰ ਵੀ ਲਾਠੀ ਡੰਡਿਆਂ ਦੇ ਨਾਲ ਹਮਲਾ ਕੀਤਾ ਗਿਆ, ਜਿਸ ਦੇ ਕਾਰਨ ਬਜ਼ੁਰਗ ਔਰਤ ਦੇ ਵੀ ਇੱਕ ਸੱਟਾਂ ਲੱਗੀਆਂ ਨੇ। ਤਾਂ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਰਾਤ ਨੂੰ 8 ਵਜੇ ਦੇ ਕਰੀਬ ਜੋ ਸ਼ਰੀਕ ਸੀ ਉਹ ਘਰ ਦੇ ਵਿੱਚ ਦਾਖਲ ਹੁੰਦੇ ਨੇ, 20 ਤੋਂ 25 ਬਦਮਾਸ਼ ਉਹਨਾਂ ਦੇ ਨਾਲ ਹੁੰਦੇ ਨੇ, ਤੇ ਘਰ ਦੇ ਵਿੱਚ ਵੜ ਕੇ ਪਹਿਲਾਂ ਤਾਂ ਤੋੜ ਭੰਨ ਕੀਤੀ ਜਾਂਦੀ ਹੈ, ਤੇ ਫਿਰ ਜਿੱਥੇ ਔਰਤਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਕਿਹਾ ਜਾ ਰਿਹਾ ਕਿ ਉੱਥੇ ਹੀ ਕੱਪੜੇ ਵੀ ਉਹਨਾਂ ਦੇ ਪਾੜ ਦਿੱਤੇ ਗਏ ਨੇ। ਤਾਂ ਦੱਸ ਦਈਏ ਕਿ ਨਵਾਂ ਸਮਾਨ ਉਹਨਾਂ ਨੇ ਘਰ ਦੇ ਵਿੱਚ ਇੱਕ ਤਿਨਕਾ ਤਿਨਕਾ ਕਰਕੇ ਜੋੜਿਆ ਸੀ, ਉਸ ਸਮਾਨ ਦੀ ਵੀ ਬੁਰੇ ਤਰੀਕੇ ਦੇ ਨਾਲ ਭੰਨ ਤੋੜ ਕੀਤੀ ਹੈ। ਤਾਂ ਤਸਵੀਰਾਂ ਵੀ ਇਸ ਦੌਰਾਨ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦਰਵਾਜ਼ੇ ਤੱਕ ਉਹਨਾਂ ਦੇ ਤੋੜ ਦਿੱਤੇ ਗਏ ਨੇ, ਘਰ ਦੇ ਵਿੱਚ ਪਿਆ ਕੱਚ ਦਾ ਸਾਰਾ ਸਮਾਨ ਟੁੱਟਿਆ ਹੋਇਆ ਦਿਖਾਈ ਦੇ ਰਿਹਾ, ਤੇ ਨਾਲ ਹੀ ਸਮਾਨ ਜੋ ਹੈ ਇੱਧਰ ਉੱਧਰ ਖਿਲਾਰ ਵੀ ਦਿੱਤਾ। ਤਾਂ ਦੱਸ ਦਈਏ ਕਿ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਘਰ ਦੇ ਵਿੱਚ ਵੜ ਕੇ ਸ਼ਰੀਕਾਂ ਨੇ ਹੀ ਕੁੱਟਮਾਰ ਕੀਤੀ ਹੈ। ਕੁੱਟਮਾਰ ਕਰਨ ਤੋਂ ਬਾਅਦ ਔਰਤਾਂ ਦਾ ਵੀ ਕੋਈ ਲਿਹਾਜ਼ ਨਹੀਂ ਕੀਤਾ ਗਿਆ, ਕੱਪੜੇ ਪਾੜੇ ਗਏ ਅਤੇ ਉਹਨਾਂ ਦੇ ਉੱਪਰ ਵੀ ਲਾਠੀ ਡੰਡਿਆਂ ਦੇ ਨਾਲ ਹਮਲਾ ਕੀਤਾ ਗਿਆ। ਹਾਲਾਂਕਿ ਮੌਕੇ ਦੇ ਉੱਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ, ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰਕੇ 11 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਤਾਂ ਖਬਰ ਤਰਨ ਤਾਰਨ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇੱਕ ਵਾਰ ਫਿਰ ਤੋਂ ਸ਼ਰੀਕਾਂ ਨੇ ਹੀ ਆਪਣੇ ਰਿਸ਼ਤੇਦਾਰਾਂ ਦੇ ਘਰ 'ਚ ਹਮਲਾ ਕਰ ਦਿੱਤਾ, ਜਿਸ ਦੇ ਵਿੱਚ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਹਾਲਾਂਕਿ ਪਹਿਲਾਂ ਇਹਨਾਂ ਦੀ ਕੋਈ ਲੜਾਈ ਹੋਈ ਸੀ ਤੇ ਉਸ ਨੂੰ ਲੈ ਕੇ ਲਗਾਤਾਰ ਸਮਝੌਤੇ ਦੀ ਵੀ ਗੱਲ ਚੱਲ ਰਹੀ ਸੀ, ਪਰ ਅਚਾਨਕ ਇੱਕ ਵਾਰ ਫਿਰ ਤੋਂ ਉਹਨਾਂ ਨੇ ਘਰ 'ਤੇ ਹਮਲਾ ਕਰ ਦਿੱਤਾ। ਸਰ, ਮੇਰਾ ਨਾਮ ਨਵਜੋਤ ਕੌਰ ਆ, ਅਸੀਂ ਪਿੰਡ ਚਤਾਲਾ ਦੇ ਵਿੱਚ ਬਾਰਵਾਲ ਸਾਈਡ ਰਹਿੰਦੇ ਹਾਂ ਪਿੰਡ ਤੋਂ। ਰਾਤੀ ਕਰੀਬ 8 ਵਜੇ ਨਾਲ ਅਸੀਂ ਰੋਟੀ ਖਾ ਕੇ ਬਾਹਰਲਾ ਦਰਵਾਜ਼ਾ ਬੰਦ ਕਰਨ ਗਏ ਸੀਗੇ। ਉਹਨਾਂ ਨੇ ਜ਼ਬਰਦਸਤੀ ਦਰਵਾਜ਼ੇ ਨੂੰ ਧੱਕਾ ਮਾਰ ਕੇ ਦਰਵਾਜ਼ਾ ਖੋਲ੍ਹਿਆ, ਕੰਧਾਂ ਟੱਪੀਆਂ, ਅੰਦਰ ਆ ਕੇ ਸਾਡੇ ਬੂਹਿਆਂ ਦੇ ਦਾਤਰ ਚਲਾਏ। ਸਾਡੀ ਲੇਡੀ ਸੀ, ਉਹਨਾਂ ਨੂੰ ਬਾਹਰ ਕੱਢਿਆ, ਛੋਟੇ ਬੱਚੇ ਸੀਗੇ, ਉਹਨਾਂ ਨੂੰ ਵੀ ਮਤਲਬ ਥੱਲੇ ਇੱਦਾਂ ਡਿੱਗ ਗਿਆ, ਉਹਨਾਂ ਦੇ ਵੀ ਥੋੜ੍ਹਾ ਬਹੁਤੀਆਂ ਸੱਟਾਂ ਲੱਗੀਆਂ ਹੋਈਆਂ। ਸਾਡੇ ਘਰ ਸਮਾਨ ਦੀ ਭੰਨ ਤੋੜ ਕੀਤੀ ਗਈ ਹੈ, ਸਾਡਾ ਨਵਾਂ ਸਮਾਨ ਜਿਹੜਾ ਥੋੜ੍ਹਾ ਟਾਈਮ ਹੋਇਆ ਲਿੱਤਾ ਸੀਗਾ ਉਹ ਸਾਰਾ ਖਰਾਬ ਕਰ ਗਏ, ਸਾਰਾ ਤੋੜ ਗਏ ਆ। ਸਾਡੇ ਬਜ਼ੁਰਗ ਸੀਗੇ ਮੰਜੇ 'ਤੇ ਬੈਠੇ ਹੋਏ ਬਾਹਰ ਰੋਟੀ ਖਾ ਕੇ, ਉਹਨਾਂ ਦਾ ਮੰਜਾ ਉਹਨਾਂ ਨੇ ਥੱਲੇ ਡਿੱਗ ਗਿਆ, ਉਹ ਡਿੱਗ ਗਈ, ਉਹਨਾਂ ਦੇ ਪਹਿਲੋਂ ਹੀ ਸੱਟ ਲੱਗੀ ਹੋਈ ਸੀਗੀ, ਦੂਜੇ ਲਾਤੇ ਵੀ ਉਹਨਾਂ ਦੇ ਸੱਟ ਲੱਗ ਗਈ ਥੱਲੇ ਡਿੱਗ ਕੇ। ਹਾਂਜੀ, ਉਹਨਾਂ ਨਾਲ ਸਾਡੀ ਮੇਰੀ ਮਾਮੀ ਆ ਵੱਡੇ, ਉਹਨਾਂ ਨਾਲ ਮਾਰਕੁੱਟ ਕੀਤੀ, ਉਹਨਾਂ ਦੇ ਉਹਨਾਂ ਨੇ ਕੱਪੜੇ ਜ਼ਬਰਦਸਤੀ ਕੱਪੜੇ ਪਾੜੇ ਆ ਔਰ ਉਹਨਾਂ ਸਿਰ 'ਚ ਵੀ ਸੱਟ ਲਾਈ ਹੈ। ਮਤਲਬ ਕਿ ਇੱਦਾਂ ਸਾਡਾ ਪਹਿਲਾਂ ਮਾੜਾ ਮੋਟਾ ਕਿਤੇ ਝਗੜਾ ਹੋਇਆ ਸੀ ਤੇ ਉਹ ਇਹਨਾਂ ਨੇ ਮਤਲਬ ਕਿ ਰਾਜੀਨਾਮੇ ਦੀ ਗੱਲ ਚੱਲਦੀ ਪਈ ਤੇ ਇਹ ਵੀ 25 ਜਾਣੇ ਇਕੱਠੇ ਹੋ ਗਏ, ਮਤਲਬ ਕਿ ਘਰੇ ਕੋਈ ਵੀ ਨਹੀਂ ਹੈਗਾ ਤੇ ਮਤਲਬ ਕਿ ਘਰੇ ਆਣ ਕੇ ਸਮਾਨ ਦੀ ਤੋੜ ਭੰਨ ਕਰ ਗਏ ਆ। ਆ ਬੂਹਾ ਟੁੱਟਾ, ਇੱਕ ਜਣਾ ਬੂਹੇ ਥਾਣੀ ਵੜ ਕੇ LED ਤੇ ਸਿਲੰਡਰ ਲੈ ਗਏ ਤੇ ਆਪਣੀਆਂ ਜੋ ਵੀ ਸਮਾਨ ਫਰਿੱਜਾਂ ਜੋ ਵੀ ਵਗੈਰਾ ਭੰਨ ਗਏ। ਇੱਕ ਮਾਮੇ ਮਤਲਬ ਕਿ ਲਾਗੇ ਸਾਡੇ ਮਾਮੇ ਦੇ ਘਰ ਵੀ ਜਾ ਕੇ ਪਏ, ਉੱਥੇ ਇਹ ਜਨਾਨੀਆਂ ਦੇ ਗਲ ਗੁਲ ਪੈ ਜਾ ਕੇ ਤੇ 3 ਜਣਿਆਂ ਦੀ ਪਛਾਣ ਆ, ਬਾਕੀ ਅਣਪਛਾਤ ਗਿਆ। 20-25 ਜਣੇ ਹੈਗੇ, ਇੱਕ ਵਿਸ਼ਾਲੀ, ਸਿਮਰਨ ਤੇ ਹਰਮੀਤ। ਹਾਂਜੀ, ਉਹਦੇ ਵਿੱਚ ਅਸੀਂ FIR ਰਜਿਸਟਰ ਕੀਤੀ ਹੈ ਜੀ ਰਾਜਦੀਪ ਔਰ ਪਤਨੀ ਪਰਮਜੀਤ ਸਿੰਘ ਦੇ ਬਿਆਨਾਂ ਦੇ। ਉਸ ਸੰਬੰਧ ਵਿੱਚ 11 ਜਣੇ ਤੇ FIR ਦਰਜ ਕੀਤੀ ਗਈ ਹੈ ਅਤੇ 5 ਜਣੇ ਅੱਜ ਅਸੀਂ ਅਰੈਸਟ ਕਰ ਲਏ ਜਿਹੜੇ ਮੌਕੇ ਦੇ ਉੱਤੇ ਗਏ ਆ, ਭੰਨਤੋੜ ਕੀਤੀ ਆ, ਹਾਊਸ ਬ੍ਰੇਕ ਕੀਤਾ, ਸੱਟਾਂ ਤੋਂ ਹਲਕੀਆਂ ਮਰ ਗਈਆਂ, ਲੇਡੀਜ਼ ਨਾਲ ਵੀ ਟੀਸ਼ਰਟ ਵਗੈਰਾ ਪਾੜੀ ਸੀ, ਉਹ ਅਰੈਸਟ ਕੀਤੇ ਨੇ, 5 ਜਣੇ ਕਰ ਲਏ, ਬਾਕੀ ਵੀ ਅਸੀਂ ਜਲਦੀ ਅਰੈਸਟ ਕਰ ਲਏ। ਉਹ ਦਾਤਰ ਵਗੈਰਾ ਮਿਲੇ